ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਚੈਨਲ PB70 study point ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਭਾਰਤ ਦੇ ਇਤਿਹਾਸ ਨਾਲ ਰਿਲੇਟਡ ਕੁਝ ਇੰਪੋਰਟੈਂਟ MCQ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਹਿਸਟਰੀ ਆਫ ਇੰਡੀਆ ਬਹੁਤ ਇੰਪੋਰਟੈਂਟ ਹੈ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਹਿਸਟਰੀ ਆਫ ਇੰਡੀਆ ਦੇ ਰਿਲੇਟਡ ਜਿੰਨੇ ਵੀ ਇੰਪੋਰਟੈਂਟ MCQ ਹੋਣਗੇ ਉਹ ਅਸੀਂ ਅੱਜ ਦੀ ਇਹ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਪਾ ਸਕੇ ਜੀ ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਪਲਾਸੀ ਦਾ ਯੁੱਧ ਕਦੋਂ ਹੋਇਆ ਸੀ ਪਲਾਸੀ ਦਾ ਜਦ ਕਦੋਂ ਹੋਇਆ ਸੀ ਇਸ ਦਾ ਰਾਈਟ ਆਨਸਰ ਹੈ ਜੀ 1757 ਈਸਵੀ ਵਿੱਚ 1757 ਈਸਵੀ ਵਿੱਚ ਠੀਕ ਹੈ ਜੀ ਕੁਐਸਚਨ ਨੰਬਰ 2 ਬ੍ਰਿਟਿਸ਼ ਸਰਕਾਰ ਨੇ ਭਾਰਤ ਨੂੰ ਓਪਨ ਨਿਵੇਸ਼ ਦੀ ਹیثیت ਦੀ ਕੋਸ਼ਨਾ ਕਦੋਂ ਦਿੱਤੀ ਸੀ ਕਦੋਂ ਦਿੱਤੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ 1900 20 इज्यूज ठीक है दोस्तों गल करिए जी क्वेश्चन नंबर 3 दी भारत ਦਾ ਪਹਿਲਾ ਅੰਗਰੇਜ਼ ਗਵਰਨਰ ਜਨਰਲ ਕੌਣ ਸੀ ਇਸ ਦਾ ਰਾਈਟ ਆਨਸਰ ਹੈ ਜੀ ਲਾ ਇਸ ਦਾ ਰਾਈਟ ਆਨਸਰ ਬਣੇਗਾ ਜੀ ਵਾਰਨ ਹੈਸ਼ ਜਿਗਜ਼ ਉਹਦਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਕਵਸ ਨੰਬਰ 4 ਅੰਗਰੇਜ਼ ਸਰਕਾਰ ਦੁਆਰਾ ਬੰਗਾਲ ਦੀ ਵੰਡ ਦਾ ਫੈਸਲਾ ਕਦੋਂ ਵਾਪਸ ਲੈ ਲਿਆ ਗਿਆ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ 1919 ਇਸ ਵੀਚ ਠੀਕ ਹੈ ਦੋਸਤੋ 1919 ਇਸ ਵੀਚ ਅੰਗਰੇਜ਼ ਸਰਕਾਰ ਦੁਆਰਾ ਬੰਗਾਲ ਦੀ ਵੰਡ ਦਾ ਫੈਸਲਾ ਵਾਪਸ ਲੈ ਲਿਆ ਗਿਆ ਕਵਸ ਨੰਬਰ 5 ਦੀ ਗੱਲ ਕਰੀਏ ਜੀ ਭਾਰਤ ਵਿੱਚ ਅੰਗਰੇਜ਼ੀ ਕਿਸ ਗਵਰਨਰ ਜਨਰਲ ਦੁਆਰਾ ਸ਼ੁਰੂ ਕੀਤੀ ਗਈ ਤਾਂ ਕਿਸ ਦੁਆਰਾ ਕੀਤੀ ਗਈ ਜੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਵਿਲੀਅਮ ਬੈਟਿੰਗ ਬੈਟਿੰਗ ਠੀਕ ਹੈ ਦੋਸਤੋ ਅੱਗੇ ਜੀ ਕੁਐਸਚਨ ਨੰਬਰ 6 ਬ੍ਰਿਟਿਸ਼ ਭਾਰਤ ਦਾ ਕਿਹੜਾ ਗਵਰਨਰ ਜਨਰਲ ਬਾਅਦ ਵਿੱਚ ਭਾਰਤ ਦਾ ਵਾਈਸ ਰਾਏ ਬਣਿਆ ਹਾਂਜੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਕੈਨਿੰਗ ਐਡਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਕੁਐਸਚਨ ਨੰਬਰ 7 ਭਾਰਤੀਆਂ ਦੁਆਰਾ ਭਾਰਤੀ ਸਿਵਲ ਸੇਵਾ ਵਿੱਚ ਪ੍ਰਵੇਸ਼ ਦੁਆਰਾ ਸੰਭਵ ਬਣਾਇਆ ਗਿਆ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਲਾਰਡ ਡਲਹੋਜੀ ਠੀਕ ਹੈ ਜੀ ਕੁਐਸਚਨ ਨੰਬਰ 8 ਨਵੰਬਰ 1921 ਵਿੱਚ ਇੱਕ ਭਾਰਤੀ ਇਕੱਠ ਨੇ ਸਵਾਗਤ ਕੀਤਾ ਕਿਸ ਦਾ ਸਵਾਗਤ ਕੀਤਾ ਜੀ ਇਸ ਦਾ ਰਾਈਟ ਆਨਸਰ ਹੈ ਜੀ ਵੈਲਸ ਦੇ ਰਾਜਕੁਮਾਰ ਦਾ ਵੈਲਸ ਦੇ ਰਾਜਕੁਮਾਰ ਦਾ ਸਵਾਗਤ ਕੀਤਾ ਠੀਕ ਹੈ ਜੀ ਕੁਐਸਚਨ ਨੰਬਰ 9 ਬ੍ਰਿਟਿਸ਼ ਸੰਸਦ ਨੇ ਭਾਰਤ ਵਿੱਚ ਰਾਜ ਕਰਨ ਦੀ ਸ਼ਕਤੀ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕ੍ਰਾਊਨ ਨੂੰ ਕਦੋਂ ਤਬਦੀਲ ਕੀਤੀ ਬ੍ਰਿਟਿਸ਼ ਸੰਸਦ ਨੇ ਭਾਰਤ ਵਿੱਚ ਰਾਜ ਕਰਨ ਦੀ ਸ਼ਕਤੀ ਈਸਟ ਇੰਡੀਆ ਕੰਪਨੀ ਤੋਂ ਬ੍ਰਿਟਿਸ਼ ਕ੍ਰਾਉਨ ਨੂੰ ਕਦੋਂ ਤਬਦੀਲ ਕੀਤੀ ਤਾਂ ਇਸ ਦਾ ਰਾਈਟ ਆਨਸਰ ਹੈ ਜੀ 1858 ਇਸ ਵਿੱਚ ਠੀਕ ਹੈ ਦੋਸਤੋ 1858 ਕੁਸੰਬਰ 10 ਸਾਈਮਨ ਕਮਿਸ਼ਨ ਨੇ ਭਾਰਤ ਦਾ ਦੌਰਾ ਕਦੋਂ ਕੀਤਾ मोस्ट इंपोर्टेंट क्वेश्चन है जी ये वेरी वेरी मोस्ट इंपोर्टेंट क्वेश्चन है असाइमेंट कमीशन ने भारत का दौरा कदों इस राइट आंसर है जी उन्नीस सौ अठाई ईस्वी में सैम कमीशन ने भारत का दौरा किया क्वेश्चन नंबर ग्यारह जो ईस्ट इंडिया कंपनी की स्थापना की गई उस समय भारत का शासक कौन सी तो इसका राइट आंसर है जी ਅਕਬਰ ਠੀਕ ਹੈ ਦੋਸਤੋ ਅਕਬਰ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ ਗਈ ਉਸ ਸਮੇਂ ਭਾਰਤ ਦਾ ਸ਼ਾਸ਼ਕ ਸੀ ਅਕਬਰ 9 ਨੰਬਰ 13 ਬ੍ਰਿਟਿਸ਼ ਸੰਸਦ ਨੇ ਕਿਸ ਸਾਲ ਪਾਸ ਕੀਤੇ ਕਾਨੂੰਨ ਦੁਆਰਾ ਈਸਟ ਇੰਡੀਆ ਕੰਪਨੀ ਤੋਂ ਸਾਰੇ ਅਧਿਕਾਰ ਲੈ ਲਏ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ 1860 ਇਸ ਵਿੱਚ ਮਿਸਟੇਕ ਨਾਲ ਦੋ ਆਪਸ਼ਨਾਂ ਬਿਲਕੁਲ ਸਹੀ ਨੇ 1800 60 ਇਸ ਵਿੱਚ ਠੀਕ ਹੈ ਦੋਸਤੋ ਕੁਸਚਨ ਨੰਬਰ 14 ਬੰਗਾਲ ਦੀ ਵੰਡ ਨੂੰ ਕਿਸ ਸਾਲ ਵਿੱਚ ਰੱਦ ਕੀਤਾ ਗਿਆ ਬੰਗਾਲ ਦੀ ਵੰਡ ਨੂੰ ਕਿਸ ਸਾਲ ਵਿੱਚ ਰੱਦ ਕੀਤਾ ਗਿਆ ਇਸ ਦਾ ਰਾਈਟ ਆਨਸਰ ਹੈ ਜੀ 1911 1911 ਇਸ ਵਿੱਚ ਕੁਸਚਨ ਨੰਬਰ 15 ਬੰਗਾਲ ਪ੍ਰਾਂਤ ਦੀ ਦੋ ਹਿੱਸਿਆਂ ਵਿੱਚ ਵੰਡ ਦਾ ਆਦੇਸ਼ ਲਾਰਡ ਕਰਜ਼ਨ ਨੇ ਕਦੋਂ ਕੀਤਾ ਕਦੋਂ ਦਿੱਤਾ ਇਸ ਦਾ ਰਾਈਟ ਆਨਸਰ ਹੈ ਜੀ 1905 ਈਸਵੀ ਵਿੱਚ ਬੰਗਾਲ ਦੀ ਪ੍ਰਾਂਦ ਦਾ ਪ੍ਰਾਂਦ ਦੀ ਦੋ ਹਿੱਸਿਆਂ ਵਿੱਚ ਵੰਡ ਦਾ ਆਦੇਸ਼ ਕਰਜ਼ਨ ਨੇ 1905 ਈਸਵੀ ਵਿੱਚ ਦਿੱਤਾ ਠੀਕ ਹੈ ਦੋਸਤੋ ਕੁਐਸਚਨ ਨੰਬਰ 16 ਅੰਗਰੇਜ਼ਾਂ ਨਾਲ ਬਸੇਨ ਦੀ ਸੰਧੀ ਕਿਸ ਦੁਆਰਾ ਕੀਤੀ ਗਈ किस द्वारा की जी इस राइट आंसर है जी पेशवा द्वारा ठीक है दोस्तों क्वेश्चन नंबर सतारा भारतीय सिविल सेवा किस किस कार्यकाल शुरू हुई तो इसका राइट आंसर बनेगा का जी कारण वायलिस ठीक है दोस्तों क्वेश्चन नंबर अठारह ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਸੌਰੀ ਕੁਸਚਨ ਨੰਬਰ 19 ਬ੍ਰਿਟਿਸ਼ ਸਰਕਾਰ ਨੇ ਈਸਟ ਇੰਡੀਆ ਕੰਪਨੀ ਦੇ ਕੰਮ ਕਾਜ ਵਿੱਚ ਪਹਿਲੀ ਵਾਰ ਸਿੱਧਾ ਦਖਲ ਦਿੱਤਾ ਕਹ ਦਿੰਦਾ ਜੀ ਤੇ ਇਸ ਦਾ ਰਾਈਟ ਆਨਸਰ ਹੈ ਜੀ 1900 1773 ਇਸ ਵਿੱਚ ਠੀਕ ਹੈ ਦੋਸਤੋ ਕਵਸ ਨੰਬਰ ਵੀ ਕਿਹੜੇ ਰਾਜਾਂ ਦੀਆਂ ਅਦਾਲਤਾਂ ਵਿੱਚ ਫਰਾਂਸੀਸੀ ਪ੍ਰਭਾਵ ਸੀ ਹਾਂਜੀ ਤੇ ਇਸ ਦਾ ਰਾਈਟ ਆਨਸਰ ਹੈ ਜੀ ਮੈਸੂਰ ਅਤੇ ਹైదరాబాద్ ਠੀਕ ਹੈ ਜੀ ਕਵਸ ਨੰਬਰ 21 ਹੇਠ ਲਿਖਿਆਂ ਵਿੱਚੋਂ ਕਿਹੜਾ ਅਧ ਨਿਯਮ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਭਾਰਤੀਆਂ ਨੂੰ ਕੰਪਨੀ ਦੀਆਂ ਨੌਕਰੀਆਂ ਤੋਂ ਵਾਂਝੇ ਨਹੀਂ ਰੱਖਣਾ ਚਾਹੀਦਾ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਚਾਰਟਰ ਅਧਿਨਿਯਮ 1833 ਇਸ ਵਿੱਚ ਠੀਕ ਹੈ ਜੀ ਕੁਸਚਨ ਨੰਬਰ 22 ਬ੍ਰਿਟਿਸ਼ ਭਾਰਤ ਵਿੱਚ ਕਾਨੂੰਨ ਦੇ ਰਾਜ ਤੋਂ ਭਾਵ ਸੇ ਕੀ ਕੀ ਭਾਵ ਸੇ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕਾਨੂੰਨ ਬਣਾਏ ਜਾਂਦੇ ਸਨ ਅਤੇ ਅਦਾਲਤਾਂ ਸਥਾਪਿਤ ਕੀਤੀਆਂ ਜਾਂਦੀਆਂ ਸਨ ਠੀਕ ਹੈ ਦੋਸਤੋ ਕੁਐਸਚਨ ਨੰਬਰ 23 ਅੰਗਰੇਜ਼ੀ ਸਿੱਖਿਆ ਭਾਰਤ ਵਿੱਚ ਸ਼ੁਰੂ ਕੀਤੀ ਗਈ ਕਦੋਂ ਕੀਤੀ ਗਈ ਕਿਸ ਦੇ ਦੁਆਰਾ ਕੀਤੀ ਗਈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮੈਕਾਲੇ ਦੁਆਰਾ ਠੀਕ ਹੈ ਦੋਸਤੋ ਕੁਐਸਚਨ ਨੰਬਰ 24 ਸਰਕਾਰ ਨੇ ਆਧੁਨਿਕ ਸਿੱਖਿਆ ਦੇ ਪ੍ਰਸਾਰ ਲਈ ਪਹਿਲਾ ਕਦਮ ਵਿੱਚ ਕਦੋਂ ਪਹਿਲਾ ਕਦਮ ਕਦੋਂ ਚੁੱਕਿਆ ਤਾਂ ਇਸ ਦਾ ਰਾਈਟ ਆਨਸਰ ਹੈ ਜੀ 1800 13 ਇਸਵੀ ਵਿੱਚ ਠੀਕ ਹੈ ਦੋਸਤੋ ਕੁਸਚਨ ਨੰਬਰ 25 ਬ੍ਰਿਟੇਨ ਨੇ ਆਪਣੀ ਕੰਪਨੀ ਭਾਰਤ ਵਿੱਚ ਸਥਾਪਿਤ ਕਰਨ ਲਈ ਆਗਿਆ ਲਈ ਕਦੋਂ ਲਈ ਜੀ ਇਸ ਦਾ ਰਾਈਟ ਆਨਸਰ ਹੈ ਜੀ ਜਹਾਂਗੀਰ ਤੋਂ ਜਹਾਂਗੀਰ ਤੋਂ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿੱਸਰ ਲੱਗੀ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਥੈਂਕ ਯੂ ਵੈਰੀ ਮਚ